ਮੈਂ ਸਰਬੰਸੰਗ ਪੰਨੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਤੋਂ ਬੁਲਦਾਂ ਜੀ ਕੱਲ ਪੰਜਾਬ ਦੇ ਵਿੱਚ ਬਜਟ ਪੇਸ਼ ਹੋਣ ਜਾ ਰਿਹਾ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਦੀਆਂ ਨਿਗਾ ਉਧਰ ਟਿਕੀਆਂ ਹੋਈਆਂ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਕੱਲ ਵਾਲਾ ਬਜਟ ਕਿਸ ਕਿਸਮ ਦਾ ਹੋਊਗਾ ਇਹ ਵੇਖਣ ਵਾਲੀ ਗੱਲ ਆ ਦੂਸਰਾ ਵੀ ਖੇਤੀ ਆਧਾਰਿਤ ਪੰਜਾਬ ਦਾ ਸੂਬਾ ਵਾ ਉਦੇ ਵਾਸਤੇ ਕੀ ਕੁਝ ਪੇਚ ਹੁੰਦਾ ਜਿਹੜੀ ਕਿਸਾਨਾਂ ਦੀ ਮੁੱਖ ਸਮੱਸਿਆ ਸਾਨੂੰ ਨਜ਼ਰ ਆਉਂਦੀ ਆ ਵੀ ਕਿਸਾਨਾਂ ਦੀਆਂ ਫਸਲਾਂ ਤੇ ਲਾਗਤਾਂ ਬਹੁਤ ਜ਼ਿਆਦਾ ਨੇ ਕਿ ਉਹ ਜਿੰਨੀਆਂ ਲਾਗਤਾਂ ਜਾਇ ਖਾਦਾਂ ਦਵਾਈਆਂ ਖੇਤੀ ਮਸ਼ੀਨਰੀ ਖੇਤੀ ਦੇ ਬੀਜ ਜਿਹੜੀਆਂ ਕੰਪਨੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਕਿ ਉਹਨਾਂ ਦੇ ਮੁਨਾਫੇ ਘਟਾਏ ਜਾਣਗੇ ਉਹਨਾਂ ਨੂੰ ਟੈਕਸ ਮੜੇ ਜਾਣਗੇ ਤਾਂ ਜੋ ਕਿਸਾਨਾਂ ਦੀਆਂ ਲਾਗਤਾਂ ਘਟਾਈਆਂ ਜਾ ਸਕਣ ਇਹਦੋਂ ਗਾ ਕਣਕ ਦੇ ਝੋਨਾ ਕੇਂਦ ਸਰਕਾਰ ਖਰੀਦੀ ਹੈਗੀ ਆ ਇਹ ਨਾਰਾ ਅਸੀਂ ਦਹਾਕਿਆਂ ਤੋਂ ਸੁਣ ਰਹੇ ਆ ਬਦਲਵੀਂ ਖੇਤੀ ਦਾ ਖੇਤੀ ਭੁਿੰਦਾ ਦਾ ਕੀ ਖੇਤੀ ਭੁਿੰਤਾ ਵਾਸਤੇ ਤੇਲ ਬੀਜਾਂ ਲਈ ਦਾਲ ਬੀਜਾਂ ਲਈ ਸੋਇਆ ਬੀਨ ਚਾਹੇ ਮੱਕੀ ਹੋਰ ਨਾ ਫਸਲਾਂ ਲਈ ਰਾਖਵਾ ਬਜਟ ਕਿੰਨਾ ਕੱਲ ਪੰਜਾਬ ਸਰਕਾਰ ਰੱਖੂਗੀ ਉਹਦੇ ਤੇ ਧਿਆਨ ਦੇਣ ਵਾਲੀ ਗੱਲ ਹੈਗੀ ਆ ਇਹਦੇ ਨਾਲ ਦੀ ਨਾਲ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਪੰਜਾਬ ਸਰਕਾਰ ਵਿਚਾਰ ਚਰਚਾ ਕਰੂਗੀ ਕਿਸਾਨਾਂ ਨੂੰ ਜੋਗ ਫਸਲਾਂ ਦੇ ਰੇਟ ਮਿਲ ਸਕਣ ਕਿਸਾਨ ਕਰਜ਼ਈ ਹੋਏ ਪਏ ਆ ਕਰਜ਼ਾ ਕਿਵੇਂ ਕਿਸਾਨਾਂ ਸਰੋ ਲੱਥੇ ਕੋ ਖੇਤੀ ਨੀਤੀ ਬਜਟ ਵਿੱਚ ਕੋ ਜਿਹਦਾ ਪ੍ਰਬੰਧਨ ਹੋਊ ਕਿ ਕਿਸਾਨਾਂ ਦੇ ਕਰਜ਼ੇ ਮਾਫੀ ਲਈ ਕੋ ਰਾਖਵਾ ਬਜਟ ਰੱਖਿਆ ਜਾਊਗਾ ਕੱਲ ਦੇ ਵਿੱਚ ਜਿਹੜਾ ਵੇਖਣ ਵਾਲੀ ਗੱਲ ਹੈਗੀ ਆ ਇਹਦੇ ਨਾਲ ਨਾਲ ਅਗਲੇ ਬੰਨੇ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਹੈ ਖੇਤੀ ਵਾਸਤੇ ਪਾਣੀ ਬਹੁਤ ਜ਼ਰੂਰੀ ਆ ਕਿ ਨਹਿਰੀਕਰਨ ਨਹਿਰਾਂ ਦਾ ਪਾਣੀ ਹਰ ਖੇਤ ਤੱਕ ਜਾਵੇ ਉਹਦੇ ਵਾਸਤੇ ਨਹਿਰਾਂ ਵਾਸਤੇ ਵਿਸ਼ੇਸ਼ ਬਜਟ ਹੋਊਗਾ ਵੀ ਨਹਿਰਾਂ ਦਾ ਪਾਣੀ ਹਰ ਇੱਕ ਖੇਤ ਨੂੰ ਲੱਗੇ ਔਰ ਉਹਨਾਂ ਦੀ ਖਾਲ ਖਲਾਈ ਸਾਂਭ ਸੰਭਾਲ ਸਾਰਾ ਵੱਧ ਤੋਂ ਵੱਧ ਵਰਤੀ ਉਰਤੀ ਇਸ ਪਾਣੀ ਦੀ ਅਸੀਂ ਕਰ ਸਕੀਏ ਔਰ ਸਭ ਤੋਂ ਵੱਡੀਆਂ ਗੱਲਾਂ ਕੱਲ ਸਿਹਤ ਸਹੂਲਤ ਵਾਸਤੇ এডਿਕੇਸ਼ਨ ਦੇ ਖੇਤਰ ਵਾਸਤੇ ਪਸ਼ੂ ਧਨ ਸਾਡਾ ਬਹੁਤ ਵੱਡੇ ਪੱਧਰ ਤੇ ਆ ਕੋ ਦੁੱਧ ਦੀ ਪੈਦਾਵਾਰ ਕਿਵੇਂ ਵਧਾਈ ਜਾ ਕੇ ਪਸ਼ੂਆਂ ਦੀ ਸਿਹਤ ਸੰਭਾਲ ਜਿਵੇਂ ਲੰਬੀ ਸਕਿੱਲ ਪਿਛਲੀ ਵਾਰ ਪੈ ਗਈ ਸੀ ਉਹਦੇ ਵਾਸਤੇ ਬਜਟ ਵਿੱਚ ਵੇਸ਼ ਪ੍ਰਾਪਦਨ ਹੋਊਗਾ ਸੋ ਮੈਨੂੰ ਲੱਗਦਾ ਹੌਣ ਵਾਲੇ ਸਮੇਂ 'ਚ ਅਸੀਂ ਕਰਾਂਗੇ ਮੀਡੀਆ ਤੇ ਇੰਨਾ ਗੱਲਾਂ ਤੇ ਡਿਬੇਟ ਹੋਵੇ ਇੰਨਾ ਮਸਲਿਆਂ ਦਾ ਕੋ ਹੱਲ ਨਿਕਲ ਕੇ ਆਵੇ ਪਰ ਜੋ ਸਰਕਾਰਾਂ ਕਰਦੀਆਂ ਵਾ ਸਾਨੂੰ ਲੱਗਦਾ ਨਹੀਂ ਹੈਗਾ ਪੇਨਾ ਮਸਲਿਆਂ ਦਾ ਕੋ ਠੋਲ ਸਾਸ ਨਿਕਲੂਗਾ ਫਿਰ ਵੀ ਕੱਲ ਵਾਲਾ ਬਜਟ ਬਹੁਤ ਜ਼ਰੂਰੀ ਵੇਖਣ ਵਾਲਾ ਹੋਊਗਾ ਧੰਨਵਾਦ